ਵੱਡੀ ਖਬਰ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਪੁਲਿਸ ਦੀ ਵਰਦੀ ਪਹਿਨੇ ਹੋਏ ਵਿਅਕਤੀ ਨੇ ਲੋਕਾਂ ਤੇ ਅੰਨੇਵਾਹ ਗੋਲੀਆਂ ਵਰਾ ਦਿੱਤੀਆਂ। ਸ਼ੁਰੂਆਤੀ ਜਾਂਚ ਅੰਦਰ ਪਤਾ ਲੱਗਿਆ ਹੈ ਕਿ ਗੋਲੀਬਾਰੀ ਦੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਹੈ। ਖਬਰਾਂ ਮੁਤਾਬਕ ਕੈਨੇਡਾ ਦੇ ਨੋਵਾ ਸਕੋਟੀਆ ਸੂਬੇ ਦੇ ਵਿੱਚ ਪੁਲਿਸ ਅਧਿਕਾਰੀ ਦੀ ਵਰਦੀ ਪਹਿਨੇ ਹੋਏ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮ੍ਰਿਤਕਾਂ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ ਤੇ ਗੋਲੀਆਂ ਚਲਾਉਣ ਵਾਲੇ ਸ਼ੱਕੀ ਦੀ ਵੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਕਾਰਨ ਜਾਰੀ ਲਾਕਡਾਊਨ ਕਾਰਨ ਘਟਨਾ ਦੀ ਖਬਰ ਬਾਰੇ ਦੇਰੀ ਦੇ ਨਾਲ ਪਤਾ ਲੱਗਿਆ। ਦੱਸ ਦਈਏ ਕਿ ਕੈਨੇਡਾ ਦੇ ਪਿਛਲੇ 30 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡੀ ਘਟਨਾ ਹੈ। ਐਤਵਾਰ ਵਾਲੇ ਦਿਨ ਹੈਲੀਫੈਕਸ ਦੇ ਉੱਤਰ ਦੇ ਵਿੱਚ ਤਕਰੀਬਨ 100 ਕਿਲੋਮੀਟਰ ਦੇ ਛੋਟੇ ਜਿਹੀ ਦਿਹਾਤੀ ਬੰਦਰਗਾਹ ਦੇ ਇਲਾਕੇ ਪੋਟਾਪਿਕ ਵਿੱਚ ਸਥਿਤ ਘਰ ਅੰਦਰ ਤੇ ਬਾਹਰ ਕਈ ਲਾਸ਼ਾਂ ਮਿਲੀਆਂ। ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਦੀ ਪਹਿਚਾਣ ਗੈਬਰੀਅਲ ਵਾਟਮੈਨ ਵਜੋਂ ਕੀਤੀ ਹੈ, ਜੋ ਕੁਝ ਹੀ ਦਿਨਾਂ ਦੇ ਲਈ ਇੱਥੇ ਰਹਿਣ ਆਇਆ ਸੀ। ਉਸਨੇ ਆਪਣੀ ਕਾਰ ਨੂੰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ ਗੱਡੀ ਵਾਂਗ ਬਣਾਇਆ ਹੋਇਆ ਸੀ। ਪੁਲਿਸ ਨੇ ਵਾਟਮੈਨ ਨੂੰ ਐਨਫੀਲਡ ਦੇ ਗੈਸ ਸਟੇਸ਼ਨ ਤੇ ਘੇਰਾ ਪਾ ਕੇ ਗ੍ਰਿਫਤਾਰ ਕੀਤਾ, ਪਰ ਬਾਅਦ ਦੇ ਵਿੱਚ ਉਸਦੀ ਮੌਤ ਹੋਣ ਦੀ ਖਬਰ ਆਈ ਹੈ। ਇਸ ਘਟਨਾ ਦੇ ਵਿੱਚ ਮਾਰੀ ਜਾਣ ਵਾਲੀ ਆਰਸੀਐਮਪੀ ਦੀ ਕਾਂਸਟੇਬਲ ਦੀ ਪਹਿਚਾਣ ਹੈਡੀ ਸਟੀਵਨਸਨ ਵਜੋਂ ਹੋਈ ਹੈ। ਘਟਨਾ ਦੇ ਵਿੱਚ ਇੱਕ ਹੋਰ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਹੈ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ। It's with tremendous sadness that I share with you that we have lost Constable Heidi Stevenson, a 23-year veteran of the force who was killed this morning while responding to an active shooter incident. Heidi answered the call of duty and lost her life while protecting those she served. Earlier this afternoon, I met with Heidi's family, and there are no words to describe their pain. Two children have lost their mother, and a husband has lost his wife. Parents have lost their daughter, and countless others lost an incredible friend and colleague. Bureau reporter Ajit Web TV. ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ Ajit Web TV ਦੇ ਨਾਲ।